ਚੌਥੀ ਜੁਗ ਦੀ ਅਰਦਾਸ ਦੀ। ਕਹਿੰਦੇ ਅਰਦਾਸ ਕਰਨ ਵਿੱਚ ਅੰਦਰੋਂ ਅੱਤ ਦੀ ਨਿਮਰਤਾ ਹੋਵੇ ਤਾਂ ਅਰਦਾਸ ਪਹੁੰਚਦੀ ਹੈ। ਆਖੋ ਸਤਨਾਮ ਤਾਂ ਪਹੁੰਚੇਗੀ। ਅਰਦਾਸ ਦਮ ਮੇ ਹੋਮੇ, ਮੈਂ ਚਾਹਵਾਂ ਤੇ ਕੰਮ ਕਰਾ ਸਕਦਾ ਸਾਂ। ਚਲੋ ਕਹਿੰਦੇ ਸੀ ਅਰਦਾਸ ਕਰੋ, ਅਜੇ ਫਿਰ ਮਗਰ ਦਮ ਹੈ। ਬਾਬਾ ਨੰਦ ਸਿੰਘ ਜੀ ਕੋਲੋਂ ਆ ਚੌਥੀ ਜੁਗਤੀ ਬਾਰੇ ਜੇ ਕੁਝ ਸਮਝੀਏ ਤੇ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਅਰਦਾਸ ਕਰਨ ਵੇਲੇ ਬੋਲਾਂ ਚ ਵੀ ਨਿਮਰਤਾ ਹੋਵੇ, ਹਿਰਦੇ ਚ ਵੀ ਨਿਮਰਤਾ ਹੋਵੇ, ਤੇਰੇ ਖਲੋਣ ਚ ਵੀ ਨਿਮਰਤਾ ਹੋਵੇ। ਆਖੋ ਸਤਨਾਮ। ਬੋਲਾਂ ਚ ਵੀ ਨਿਮਰਤਾ, ਹਿਰਦੇ ਚ ਵੀ ਨਿਮਰਤਾ ਅਰਦਾਸ, ਔਰ ਖਲੋਣ ਚ ਵੀ। ਇਹਨੂੰ ਫੀਲ ਨਾ ਕਰਿਓ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਕਈ ਅਰਦਾਸ ਵਿੱਚ ਇਹ ਦੋਵੇਂ ਹੱਥ ਇਹ ਥੱਲੇ ਰੱਖ ਲੈਂਦੇ, ਲੱਤਾਂ ਖੁੱਲੀਆਂ ਹੁੰਦੀਆਂ। ਇਹ ਮਹਾਂਪੁਰਸ਼ਾਂ ਦਾ ਬਚਨ ਹੈ, ਕਹਿੰਦੇ ਅਰਦਾਸ ਵਿੱਚ ਲੱਤਾਂ ਖੁੱਲੀਆਂ, ਇਹ ਹੱਥ ਦੋਵੇਂ ਥੱਲੇ ਨੇ, ਇਹ ਹੰਕਾਰ ਦਾ ਸਰੂਪ ਹੈ। ਤੁਸੀਂ ਕਦੀ ਬੱਚੇ ਦੇ ਪ੍ਰਿੰਸੀਪਲ ਨੂੰ ਮਿਲਣ ਜਾਓ, ਇਨਕਮ ਟੈਕਸ ਸੇਲ ਟੈਕਸ ਦੇ ਅਫਸਰ ਨੂੰ ਮਿਲਣ ਜਾਓ, ਕਿਸੇ ਪੁਲਿਸ ਅਫਸਰ ਨੂੰ ਮਿਲਣ ਜਾਓ, ਸੁੱਖ ਸਾਂਦ ਨਾਲ ਤੁਸੀਂ ਉਹਦੇ ਦਫ਼ਤਰ 'ਚ ਇੰਝ ਖਲੋ ਜਾਓ, ਲੱਤਾਂ ਖੁੱਲੀਆਂ ਕਰਕੇ, ਹੱਥ ਥੱਲੇ ਕਰਕੇ, ਉਹ ਅਫਸਰ ਦੇ ਮਨ 'ਚ ਜ਼ਰੂਰ ਆਏਗਾ ਇਹਦਾ ਕੰਮ ਕੀ ਕਰਾਂ, ਇਹਨੂੰ ਮੇਰੇ ਦਫ਼ਤਰ 'ਚ ਖਲੋਣ ਦੀ ਜਾਚ ਹੀ ਨਹੀਂ। ਤੇ ਜੇ ਕਹਿੰਦੇ ਸੇਵਾਦਾਰਾਂ ਨੇ ਪੁੱਛਿਆ ਬਾਬਾ ਜੀ ਫਿਰ ਖਲੋਣ ਦੀ ਨਿਮਰਤਾ ਦਾ ਸਰੂਪ, ਤੇ ਬਾਬਾ ਜੀ ਕਹਿੰਦੇ ਇਹ ਹੱਥ ਇੰਜ ਹੋਣ, ਇਹ ਦੋਵੇਂ ਹੱਥ ਇੱਥੇ ਹੋਣ ਅਰਦਾਸ ਵੇਲੇ, ਤੇ ਪੈਰ ਦੀ ਜਿਹੜੀ ਅੱਡੀ ਹੈ ਨਾ ਉਹ ਮਗਰੋਂ ਜੁੜੀ ਹੋਵੇ, ਅੱਡੀ ਜੁੜੀ ਹੋਵੇ, ਇਹ ਹੱਥ ਇੱਥੇ ਹੋਣ, ਕਦੀ ਨੋਟ ਕਰੋ ਇਸ ਤਰ੍ਹਾਂ ਕੋਈ ਖੜਾ ਹੋਵੇ, ਇਹ ਨਿਮਰਤਾ ਦਾ ਸਰੂਪ ਹੈ। ਲੱਤਾਂ ਖੁੱਲੀਆਂ ਹੋਣ, ਹੱਥ ਥੱਲੇ ਹੋਣ, ਇਹ ਹੋਮੇ ਦਾ ਸਰੂਪ। ਦਾਸ ਇਹ ਬਚਨ ਕਿਤਾਬਾਂ ਚੋਂ ਪੜ੍ਹ ਰਿਹਾ ਸੀ, ਤੇ ਮੈਂ ਪੜ੍ਹਦੇ ਪੜ੍ਹਦੇ ਮੈਂ ਕਿਹਾ ਮਾਂ ਸਤਿਗੁਰੂ ਮਹਾਂਪੁਰਸ਼ੋ, ਵੀ ਧਰਤੀ ਤੇ ਕੱਟੜ ਬੰਦੇ ਵੀ ਬੜੇ ਆ, ਕੋਈ ਕੁਐਸਚਨ ਕਰ ਦੇਵੇ। ਬਾਬਾ ਆਨੰਦ ਸਿੰਘ ਜੀ ਨੇ ਆਹ ਕੀ ਕਹਿਤਾ ਜੀ, ਹੱਥਾਂ 'ਚ ਜੁੜੇ ਹੋਣ, ਅੱਡੀਆਂ ਪੈਰਾਂ ਦੀਆਂ ਜੁੜੀਆਂ ਹੋਣ ਜੀ, ਆਹ ਨਿਮਰਤਾ ਦਾ ਸਰੂਪ। ਤੇ ਮੈਂ ਕੁਦਰਤੀ ਅਰਦਾਸ ਕੀਤੀ, ਮੈਂ ਕਿਹਾ ਜੀ ਜੇ ਗੁਰਬਾਣੀ ਦੀ ਪੰਕਤੀ ਕੋਈ ਨਾਲ ਆ ਜੇ ਤੇ ਫਿਰ ਮਹਾਂਪੁਰਸ਼ ਦੇ ਬਚਨ ਵਿੱਚ ਪੂਰੀ ਮੋਹਰ ਲੱਗ ਜਾਂਦੀ ਏ। ਕੋਈ ਕੱਟੜ ਬੰਦਾ ਵੀ ਕਿੰਤੂ ਪਰੰਤੂ ਵਾਲਾ ਵੀ ਕੱਟ ਨਹੀਂ ਕਰ ਸਕਦਾ। ਜਦੋਂ ਦਾਸ ਨੇ ਅਰਦਾਸ ਕੀਤੀ ਤੇ ਇਹ ਹੱਥ ਇੱਥੇ ਹੋਣ, ਇਹ ਵੀ ਪੰਕਤੀ ਆ ਗਈ। ਪੜੋ ਇੱਕ ਵਾਰੀ ਵੀਰ, ਇੱਕ ਵਾਰੀ ਭੈਣਾਂ ਜੀ, ਗੋਇ ਕਰ ਜੋੜ, ਗੋਇ ਕਰ ਜੋੜ, ਚੌਥੀ ਜੁਗਤੀ ਪੱਲੇ ਬਣੇ ਹੋ, ਅਰਦਾਸ ਕਰਨ ਵਿੱਚ ਅੰਦਰੋਂ ਅੱਤ ਦੀ ਨਿਮਰਤਾ ਹੋਵੇ ਤਾਂ ਪਹੁੰਚਦੀ ਹੈ। ਬੋਲਾਂ ਚ ਵੀ ਨਿਮਰਤਾ, ਹਿਰਦੇ ਚ ਵੀ ਨਿਮਰਤਾ, ਔਰ ਖਲੋਣ ਚ ਵੀ ਨਿਮਰਤਾ। ਦੋਏ ਘਰ ਜੋੜ ਕਰੋ ਮਰ।